ਨਹੀਂ ਹੋ ਸਕਦਾ। ਅੱਛਾ ਆਪਾਂ ਫੀਲ ਕਰ ਲਾਂਗੇ ਵੇਲੇ, 5 ਮਿੰਟ ਕਰਨੀ ਆਪਾਂ ਸੰਗਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਫੇਰੀ ਤਕਰੀਬਨ ਸੰਪੂਰਨ ਹੀ ਹੋ ਗਈ ਆ, ਥੋੜ੍ਹਾ ਹੀ ਪ੍ਰੋਗਰਾਮ ਹੋ ਗਿਆ, ਸਾਰੇ ਪ੍ਰੋਗਰਾਮ ਨਿਭਾਏ ਆ ਤੁਸੀਂ, ਵੱਖ ਵੱਖ ਗੁਰਦੁਆਰਾ ਸਮਝ ਵੀ ਗਏ ਆ ਅਤੇ ਮੱਤੀ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰ ਚੁੱਕੇ ਹਾਂ, ਕਿਉਂਕਿ ਹੁਣ ਇਹਦਾ ਐਨਾਲਿਸਿਸ ਕਰਨਾ ਚਾਹੁੰਦੇ ਹਾਂ ਫੇਰੀ ਤੋਂ ਕੀ ਪ੍ਰਭਾਵ ਨੇ। ਵਧੀਆ, ਇੰਗਲੈਂਡ ਦੇ ਸਿੱਖਾਂ ਦਾ ਪਿਆਰ ਮਿਲਿਆ ਹੈਗਾ, ਹਰ ਤਰ੍ਹਾਂ ਦੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਮਿਲਣ ਦਾ ਯਤਨ ਕੀਤਾ ਗਿਆ, ਕਿਉਂਕਿ ਸਮਾਂ ਬੜਾ ਘੱਟ ਸੀ। ਕਮੇਟੀਆਂ ਗੁਰਦੁਆਰਾ ਦੀਆਂ ਜਿਹੜੀਆਂ ਨੇ, ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਔਰ ਜਥੇਬੰਦੀਆਂ ਬਹੁਤ ਜ਼ਿਆਦੀਆਂ, ਪਰ ਫਿਰ ਵੀ ਜਿਹੜਾ ਹੈਗਾ ਕੁਝ ਇੱਕ ਐਸੇ ਜਿਨ੍ਹਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਹੋ ਸਕੀ, ਅਤੇ ਇਸ ਗੱਲ ਦਾ ਅਫਸੋਸ ਵੀ ਹੈ ਔਰ ਮੈਂ ਇਸ ਗੱਲ ਦੀ ਮਾਫ਼ੀ ਵੀ ਮੰਗਣਾ ਚਾਹੁੰਦਾ ਕਿ ਕਈਆਂ ਨਾਲ ਖੁੱਲ੍ਹ ਕੇ ਗੱਲ ਜਿਹੜੀ ਹੈ ਉਹ ਨਹੀਂ ਹੋ ਸਕੀ, ਅਤੇ ਬਹੁਤ ਵਧੀਆ ਜਿਹੜੀ ਇਹ ਫੇਰੀ ਸੀ, ਸਿੱਖਾਂ ਨੂੰ ਨੇੜਿਓਂ ਦੇਖਣ ਦਾ, ਸੁਣਨ ਦਾ ਮੌਕਾ ਜਿਹੜਾ ਮਿਲਿਆ, ਔਰ ਬਹੁਤ ਕੁਝ ਇੰਗਲੈਂਡ ਦੇ ਸਿੱਖਾਂ ਤੋਂ ਸਿੱਖਾਂ ਨੂੰ ਵੀ ਮਿਲਿਆ, ਬਹੁਤ ਵਧੀਆ ਹੋਇਆ। ਅਤੇ ਜਿੱਦਾਂ ਵੱਖ ਵੱਖ ਗੁਰਦੁਆਰੇ 'ਚ ਗਏ ਹਾਂ, ਤਕਰੀਬਨ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਕਿਸੇ ਸੀਮਤ ਗੁਰਦੁਆਰੇ 'ਚ, ਹਰੇਕ ਆਪਾਂ ਚਲੋ ਭਾਵੇਂ ਜਾਤ ਪਾਤ ਹੈ ਨਹੀਂ, ਲੇਕਿਨ ਆਪਾਂ ਰਵਿਦਾਸ ਗੁਰਦੁਆਰੇ ਵੀ ਗਏ, ਰਾਮਗੜੀਆ ਗੁਰਦੁਆਰੇ ਵੀ ਗਏ ਆ, ਅਤੇ ਉਹਨਾਂ ਜਿਹੜੀਆਂ ਸਾਡੀਆਂ ਬਰਾਦਰੀਆਂ ਆ, ਸਾਡੇ ਅੰਗ ਆ, ਉਹਨਾਂ ਤੋਂ ਕੀ ਪ੍ਰਭਾਵ? ਖੁਸ਼ੀ ਹੈ ਕਿ ਭਾਵੇਂ ਅਲੱਗ ਅਲੱਗ ਗੁਰਦੁਆਰੇ ਬਣਾ ਰੱਖੇ ਹੈ ਜਿਹੜੇ ਆਪਾਂ ਸਿਧਾਂਤਕ ਤੌਰ 'ਤੇ ਵਾਜਬ ਵੀ ਨਹੀਂ ਕਹਿ ਸਕਦੇ, ਪਰ ਪਿਆਰ ਹੈਗਾ ਆਪਸੀ ਗੁਰਦੁਆਰੇ ਸਾਹਿਬਾਨ ਦੀਆਂ ਕਮੇਟੀਆਂ ਦੇ ਵਿੱਚ, ਸੰਗਤਾਂ ਦੇ ਵਿੱਚ, ਇਹ ਖੁਸ਼ੀ ਵਾਲੀ ਗੱਲ ਹੈ। ਧੰਨਵਾਦ ਜੀ, ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।